ਕਈ ਰੋਂਦੇ ਮਰ ਗਏ ਸ਼ਾਹ ਨੂੰ, ਕਈ ਰੋਂਦੇ ਮਰ ਵੈਸਣ। ਆਬਾਦ ਕਿਸ ਤਰ੍ਹਾਂ ਯੇ ਸੇਨ ਫਾਤਮੀ ਹੁਆ, ਕਿਸ ਕੀ ਲਗੀ ਨਜ਼ਰ ਯੇ ਘਰ ਮਾਤਮੀ ਹੁਆ। ਨਹੀਂ ਪਤਾ ਲੱਗਣਾ ਇੱਥੇ ਰੋਵਣ ਦਾ, ਪਤਾ ਕਬਰ 'ਚ ਲੱਗਣਾ ਹੈ। ਜਿਹੜਾ ਤੂੰ ਇੱਥੇ ਰੋਂਦਾ ਪਿਆ ਨਾ, ਕਬਰ 'ਚ ਪਤਾ ਲੱਗਣਾ ਹੈ। ਜਿੱਦਾਂ ਮਲਾਇਕਾ ਹਿਸਾਬ ਲਵਣਾ ਹੈ ਨਾ, ਇੱਕ ਲਾਸ਼ ਉੱਠਣੀ ਹੈ। ਭਾਈ ਕਿਆ ਬਾਤ ਹੈ, ਜਿਹਦਾ ਸਰ ਨਾਲ ਨਹੀਂ ਹੋਵਣਾ ਤੇ ਉਸ ਲਾਸ਼ ਆਖਣਾ ਹੈ ਹੌਸਲੇ ਨਾਲ ਬੁਲਾਓ ਅਕਬਰ ਦਾ ਮਾਤਮੀ ਹੈ। ਮੇਰੇ ਅਕਬਰ ਦੀ ਜਵਾਨੀ ਨੂੰ ਰੋਂਦਾ ਰਹੇ ਜਵਾਨ ਸੈਯਦ ਹੈ ਕਿਸ਼ਵਰ ਸ਼ਾਹ। ਬਖਤਾਂ ਲੈ, ਹਰ ਬੰਦੇ ਦੇ ਵੱਸ ਦੀ ਗੱਲ ਹੀ ਨਹੀਂ। ਮੁਹੰਮਦ ਮੁਸਤਫਾ ਦੇ ਨਵਾਸੇ ਦੀ ਸਾਫੂਆ ਵੀ ਛੈਂਦਾ ਹੈ ਜਿਹੜਾ ਆਲੇ ਮੁਹੰਮਦ ਦੀ ਨਜ਼ਰ 'ਚ ਹੋਵੇ। ਮਜਲਸ ਕਤਨ ਤੌਰ ਤੇ ਜ਼ਾਕਰ ਦੇ ਫਨ ਤੇ ਨਹੀਂ ਹੁੰਦੀ, ਮਜਲਸ ਬਾਨੀ ਦੇ ਖਲੂਸ ਤੇ ਹੁੰਦੀ। ਜਿਤਣੀ ਅਕੀਦਤ ਨਾਲ ਬਾਨੀ ਫੋੜੀ ਵਿਛਾਵੇ, ਇਤਣਾ ਅਕੀਦਤ ਨਾਲ ਗਿਰੀਆ ਹੁੰਦਾ ਹੈ। ਮੇਰੇ ਜ਼ਿੰਮੇ ਮੈਨੂੰ ਪਤਾ ਹੈ ਮਹਿੰਦੀ ਬਰਾਮਦ ਕਰਾਵਣੀ ਹੈ ਹਸਨ ਬਾਦਸ਼ਾਹ ਦੇ ਸੋਹਣੇ ਪੁੱਤਰ ਦੀ। ਤੇ ਚਲੋ ਮੈਂ ਇੱਕ ਦੋ ਸਤਰਾਂ ਆਖਾਂ, ਮੈਂ ਮਕਸਦ ਤੇ ਆ ਜਾਵਾਂ। ਸਤਰਾਂ ਇਸ ਤੋਂ ਵਾਦਾ ਪਿਆ ਜੋ ਹਰ ਅੱਖ ਤਿਆਰ ਹੋਵੇ, ਹਰ ਜ਼ਿਹਨ ਤਿਆਰ ਹੋਵੇ, ਤੇ ਮੈਂ ਦੋ ਵਹਿਣ ਕਰ ਜਾਵਾਂ। ਨਾ ਮਨਾ ਕੀਤਾ ਕਰੋ ਕੋਈ ਸੁਨਤ ਅਹਿਲ ਜਮਾਤ ਬਿਰਾ ਮਜਲਸ ਤੇ ਆਉਂਦਾ। ਮਜਲਸ ਸ਼ੀਆਂ ਦੀ ਨਹੀਂ, ਮਜਲਸ ਹੁਸੈਨ ਦੀ ਹੈ। ਹੁਸੈਨ ਹਰ ਕਹਿਣ ਦਾ ਸੱਜ ਹੈ। ਜੇ ਕੋਈ ਸੁਨੀ ਬਿਰਾ ਆਇਆ ਹੈ ਤਿਸੇ ਤੂੰ ਆਇਆ ਹੈ, ਸੋਹਣਾ ਵਾ ਵਸਦੇ ਘਰ ਤੇ ਲੁੱਟ ਕਿਵੇਂ ਪਈ। ਹੱਕ ਬਣਦਾ ਆਇਆ ਘਰ ਕਸਰਤ ਨਾਲ, ਹੁਸੈਨ ਦੀ ਸਫ਼ੇ ਮਾਤਮ ਹੈ, ਹੁਸੈਨ ਹਰ ਕਹਿਣ ਦਾ ਸੱਜ ਹੈ। ਪਰ ਮੈਂ ਸੈਯਦਾ ਮਿੰਨਤ ਕਰਦਾ ਪਿਆ ਹਰ ਸ਼ੀਆ ਕੌਮ ਦੇ ਹਰ ਫਰਦ ਨੂੰ, ਪਿਆਰ ਕੀਤਾ ਕਰੋ, ਸਬੀਲ ਕਰਵਾਈ ਕਰੋ, ਲੰਗਰ ਹੁਸੈਨ ਕਰਾਇਆ ਕਰੋ। ਸੁਨਤ ਅਹਿਲ ਜਮਾਤ ਬਿਰਾ, ਤੂੰ ਅੱਲਾ ਦਾ ਬੰਦਾ ਹੈ, ਰਸੂਲ ਦਾ ਉਮਤੀ ਹੈ, ਸਾਡਾ ਬਿਰਾ ਹੈ, ਤੂੰ ਮੁਸਲਮਾਨ ਹੈ। ਇਹ ਮੇਰੇ ਅਜੁੜੇ ਹੱਥਾਂ ਲੋਵੇ, ਕਦੀ ਕਿਸੇ ਮੋੜ ਤੇ ਨਾ ਆਖੀ ਜੋ ਰੋਂਦੇ ਕਿਉਂ ਹਨ। ਅਗਰ ਇਹ ਤੈਂ ਸਵਾਲ ਕਰਨਾ ਤੇ ਇੱਕ ਸਵਾਲ ਮੈਂ ਕਰਦਾ, ਜਵਾਬ ਮੈਂ ਚ ਦੇ। ਮੈਂ ਧੋਰੀ ਦੇ ਮਿੰਬਰ ਤੇ ਵਾਅਦਾ ਪਿਆ ਕਰੇਨਾ, ਇਹ ਕੌਮ ਮਾਸ਼ਰ ਤਾਈ ਨਾ ਰੋਸੀ, ਕਾਇਨਾਤ ਚ ਇੱਕ ਭੈਣ ਮੈਂ ਤੂੰ ਵਿਖਾ, ਜਿਹੜੀ ਕੁੱਠੇ ਭਿਰਾ ਦੀ ਲਾਸ਼ ਤੇ ਆ ਕੇ ਤੇ ਸੱਕੇ ਭਿਰਾ ਦੇ ਕਾਤਲ ਤੋਂ ਪੁੱਛਦੀ ਪਈ ਹੋਵੇ, ਜੇ ਤੂੰ ਆਖੇ ਤਾਂ ਰੋ ਲਵਾਂ। ਵਾਹ ਭਾਈ ਵਾਹ, ਵਾਹ ਭਾਈ ਵਾਹ, ਬਖਸਤਾ ਲਾਹੋਵੇ, ਬਖਸਤਾ ਲਾਹੋਵੇ, ਭੱਲਾ ਹੋਵੀ, ਭੱਲਾ ਹੋਵੀ, ਭੱਲਾ ਹੋਵੀ, ਬਿਰਾ ਵੀ ਆਪਣਾ ਭੈਣ ਬਿਰਾ ਦੀ ਲਾਸ਼ ਤੇ ਆ ਕੇ ਬਿਰਾ ਦੇ ਕਾਤਲ ਤੋਂ ਪੁੱਛਦੀ ਪਈ ਹੋਵੇ, ਜੇ ਤੂੰ ਆਖੇ ਰੋ ਲਵਾਂ। ਮੈਂ ਤੁਹਾਡੇ ਕਰੀਬ ਤੂੰ ਗੱਲ ਕਰੇ ਨਾ, ਕਰੀਬ ਤੂੰ ਹਰ ਬੰਦਾ ਹਾਏ ਕਰੇ, ਦਰਜਾਤ ਬੁਲੰਦ ਹੋਵੇਣ ਪੀਰ ਸ਼ਾਹ ਸੁਲਤਾਨ ਸ਼ਿਰਾਜ਼ੀ ਹਜਕੇ ਸ਼ਰੀਫ ਵਾਲੇ ਦੇ। ਉਹਨਾਂ ਮੰਡੀ ਬਹਾਵਲ ਦੇ ਇਲਾਕੇ 'ਚ ਨਾ ਕੋਈ ਸੁਲਾ ਕਰਵਾਈ 302 ਦੀ, ਪੰਜਾਂ ਭੈਣਾਂ ਦਾ ਭਿਰਾ ਕਤਲ ਹੋ ਗਿਆ। ਬਾਵੇਰੀ ਉਹਨਾਂ ਦੇ ਬੂਹੇ 'ਤੇ ਗਏ, ਮਰੀਵਣ ਵਾਲੇ ਦੇ ਪਿਓ ਆਖਿਆ ਤੂੰ ਸ਼ਾਹ ਸੁਲਤਾਨ ਹੈ, ਰਾਜਨ ਵਲੀ ਦਾ ਪੁੱਤਰ ਹੈ, ਇਹ ਤਾਂ ਇੱਕ ਪੰਜ ਵੀ ਹੋਵਣਾ, ਮੈਂ ਮਾਫ਼ ਕਰਾਂ, ਲਗਾ ਜਾ ਮੈਂ ਤੈਨੂੰ ਪੁੱਤਰ ਮਾਫ਼ ਕੀਤਾ। ਉਹ 14ਵੀਂ ਸਦੀ ਦਾ ਮੁਸਲਮਾਨ ਮਾਤਮੀਅਤ ਫਤਵੇ ਲਾਵਣ ਵਾਲਾ ਸੱਯਦ ਟੁਰਨ ਲੱਗਾ, ਮਰੀਵਣ ਵਾਲੇ ਦੀ ਭੈਣ ਪੈਰਾਂ 'ਤੇ ਬਹਿ ਗਈ, ਆਦੀਏ ਸ਼ਾਹ ਸੁਲਤਾਨ ਮੇਰੇ ਪਿਓ ਮਾਫ਼ ਕੀਤਾ, ਮੈਂ ਨਾਲ ਮਾਫ਼ ਕੀਤਾ, ਮੈਂ ਇਹ ਨਹੀਂ ਆਦੀ ਜੋ ਮੈਂ ਭਿਰਾ ਦਾ ਕਤਲ ਮਾਫ਼ ਨਹੀਂ ਕੀਤਾ, ਪਰ ਅੱਜ ਤੂੰ ਪਿਓ ਬਣ ਤੇ ਮੈਂ ਧੀ ਹਾਂ, ਜਿਵੇਂ ਤੂੰ ਸਾਡੇ ਘਰ ਮੇਲਾ ਆਇਆ ਹੈ ਮੈਂ ਤੇਰਿਆਂ ਪੈਰਾਂ 'ਤੇ ਹੱਥ ਲਾ ਕੇ ਮੇਲਾ ਆਈ ਬੈਠੀ ਹਾਂ, ਮੇਰੇ ਭਿਰਾ ਦੇ ਕਾਤਲ ਨੂੰ ਆਖੀ ਜਾਵੀਂ ਸਾਰੀ ਜ਼ਿੰਦਗੀ ਮੇਰੀ ਗਲੀ 'ਚ ਨਾ ਆਵੇ। ਵਾਹ ਭਾਈ ਵਾਹ, ਵਾਹ ਭਾਈ ਵਾਹ, ਵਾਹ ਭਾਈ ਵਾਹ, ਭੱਲਾ ਹੋਵੀ, ਭੱਲਾ ਹੋਵੀ, ਤੈਯਬ ਜ਼ਿੰਦਗੀ ਹੋਵੀ, ਮੇਰੇ ਭਿਰਾ ਦੇ ਕਾਤਲ ਨੂੰ ਆਖੀ ਮੇਰੀ ਗਲੀ 'ਚ ਨਾ ਹੋਵੇ। ਬਿਰਾ ਹੇਕੇ ਬੈਣ ਮਿੰਤਾ ਵਧੀ ਕਰਦੀ ਏ, ਤੇ ਜਿੰਦੇ ਕਰਬਲਾ ਨੌ ਕੁੱਠੇ, ਕਰਬਲਾ ਤੂੰ ਸ਼ਾਮ ਤਾਈਂ ਹਰ ਮੋੜ ਤੇ ਕਮੀ ਨਾ ਦਾ ਗਿਆ, ਕਿਦੇ ਗਈ ਗਾਜ਼ੀ, ਭਲਾ ਹੋਈ, ਭਲਾ ਹੋਈ, ਚਲਾ ਤੂੰ ਤਿਆਰ ਹੈ, ਤਿਆਰ ਹੈ, ਮੈਂ ਲੰਬੜ ਨਹੀਂ ਕਰੇਂਦਾ। ਨਾ ਹਾਈ ਕਾਸਮ, ਅਮੀਰ ਕਾਸਮ ਕਿਉਂ ਛੱਡੇਂਦੇ ਹਨ, ਨਾ ਜੋ ਹਾਈ ਕਾਸਮ ਅਮੀਰ ਕਾਸਮ ਕਿਉਂ ਛੱਡੇਂਦੇ ਹਨ। ਸਾਹਿਬੇ ਕਿਤਾਬ ਲਿਖਦੇ ਭਾਵੇਂ 13 ਸਾਲਾਂ ਦਾ ਹਾਈ ਨਾ, ਨਾ ਆਪਣੇ ਮੂੰਹ 'ਚ ਨਵਾਲਾ ਪੈਂਦਾ ਹੀ, ਹਾਏ ਮੇਰਾ ਅੱਲਾ, ਹਾਏ ਮੇਰਾ ਅੱਲਾ, ਨਾ ਆਪਣੇ ਹੱਥ ਨਾਲ ਪਾਣੀ ਪੀਂਦਾ ਹੈ।
ਮੂੰਹ ਵਿੱਚ ਨਵਾਲਾ ਵੀ ਮਾਂ ਪੈਂਦੀ ਆਈ, ਮੂੰਹ ਨਾਲ ਪਾਣੀ ਵੀ ਮਾਂ ਲੈਂਦੀ ਆਈ। ਇਸੇ ਤੂੰ ਮਸ਼ਹੂਰ ਹੋ ਗਿਆ ਸਈਦਾਂ ਦੇ ਗਾਰੇ ਚ, ਅਮੀਰ ਕਾਸਮ ਕਿਸ਼ਵਰ ਸ਼ਾਹ ਅਜ਼ਾਦਾਰ ਸੈਯਦ ਨੇ। ਮੈਂ ਆਪ ਪਹਿਲੇ ਅਜ਼ਾਦਾਰ ਹਾਂ, ਬਾਅਦ ਇਜ਼ਾ ਕਰਾਂ। ਕੀਤੀ ਕਰ ਦੁਆ ਮਿੰਬਰ ਤੇ ਖਲੋ ਕੇ ਜਦਾ ਉਮਟੀ ਆਏ ਕਰਨੀ ਨਾ, ਇਹਨਾਂ ਦੁਆ ਦਿੱਤੀ ਕਰ, ਘਰ ਸਾਡੇ ਲੁੱਟ ਪਏ ਗਏ, ਅੱਜ ਆਪਣੇ ਕੋਈ ਨੀ ਰੋਂਦਾ। 1400 ਸਾਲ ਗੁਜ਼ਰ ਗਏ, ਹੁਸੈਨ ਘੋੜੇ ਤੋਂ ਲੱਥੇ, ਸਦੀਆਂ ਗੁਜ਼ਰੀਆਂ, ਅਲੀ ਦੀ ਧੀ ਸ਼ਾਮ ਗਈ, ਨਾ ਨਵੀਂ ਕਰਬਲਾ ਹੈ ਨਾ ਕੋਈ ਹੋਰ ਸ਼ਾਮ ਹੈ। ਜਿੱਦਾਂ ਪੜੀਂਦਾ ਇਵੇਂ ਲੱਗਦਾ ਵਾਕਿਆ ਹੁਣ ਹੋਇਆ। ਬਸਦੇ ਵੇਲੇ ਇਮਾਮ ਹੁਸੈਨ ਆਖਿਆ, ਕਾਸਮ ਬਚੜਾ ਜੀ ਚਾਚਾ, ਮੇਰਾ ਦਿਲ ਏ ਅੱਜ ਇੱਕ ਖਤ ਲਿਖ, ਮੈਂ ਤੈਨੂੰ ਤਾਰੀਰ ਦੱਸਣਾ, ਤੂੰ ਖਤ ਲਿਖ। ਬਿਸਮਿਲਾ ਚਾਚਾ ਤੇਰਾ ਹੁਕਮ, ਆਵਾਜ਼ ਆਉਂਦੀ ਖਤ ਦੀ ਨਾ, ਤਿਆਰੀ ਕਰ, ਸ਼ੁਰੂ ਕਰ ਖਤ। ਕਾਸਮ ਲਿਖਿਆ, ਬਿਸਮਿਲਾ ਰਹਿਮਾਨ ਰਹੀਮ, ਕਲਮ ਰੱਖ ਛੋੜੀ, ਸ਼ਬੀਰ ਆ ਦਿਨ ਤਾਰੀਰ ਤੇ ਜੇ ਮੈਂ ਲਿਖਾਵਣੀ, ਉਹ ਮੇਰੇ ਸਾਹ ਮੁੱਕਦੇ, ਏਡੇ ਨਾਲਾਂ ਦੇ ਪੱਲੇ ਹੋਏ, ਅੱਲਾ ਜਾਣੇ ਘੋੜਿਆਂ ਤੋਂ ਕਿਵੇਂ ਲਾਂਦੇ ਰਹੇ। ਭਲਾ ਹੋਈ ਜਦਾਂ ਆਖੇ ਨਾ ਤਾਰੀਰ ਬਾਕੀ ਏ, ਤੇ ਚਾਚੇ ਦੀ ਜੁੱਤੀ ਤੇ ਹੱਥ ਰੱਖਿਆ ਦੇ, ਬਾ ਚਾਚਾ ਵੇਖ ਮੇਰੇ ਹੱਥਾਂ ਤੇ ਛਾਲੇ ਬਣ ਗਏ, ਹਾਏ ਮੈਂ ਮਰ ਵੰਜਾ, ਹਾਏ ਮੈਂ ਦੁੱਖ ਨਾ ਪੜਾ। ਭਲਾ ਹੋਈ ਮੇਰੇ ਅੱਲੂ ਵੇਖ ਮੇਰੇ ਹੱਥਾਂ ਤੇ ਛਾਲੇ ਪੈ ਗਏ। ਭਲਾ ਹੋਈ ਅਜ਼ਾਦਾਰੋ ਲਾਕਰੋ ਮੌਲਾ ਦੇ ਅਰਸਲਾਨ ਸੋਹਣਾ ਕਿਸ਼ਵਰ ਸ਼ਾਹ ਤੈਯਬ ਰਜ਼ਾ, ਜਿਤਨੇ ਮੌਲਾ ਦੇ ਮਾਤਮੀ ਅਜ਼ਾਦਾਰ ਲਾਕਰ ਬੈਠੇ ਹੋ, ਇੱਕ ਕਿਤਾਬ ਹੈ ਸੈਯਦ ਜਿਹਦਾ ਨਾਂ ਹੈ ਪੰਦੇ ਤਾਰੀਖ, ਉਹ ਮੈਂ ਪੜ੍ਹੀ, ਮੈਂ ਪੂਰਾ ਦੇਣਾ, ਗੱਡੀ ਦੇ ਡੈਸ਼ਬੋਰਡ ਤੇ ਟੱਕਰਾਂ ਮਾਰ ਕਰੂੰਗਾ। ਅਜੇ ਮੈਨੂੰ ਕੋਈ ਵੇਲਾ ਯਾਦ ਆਇਆ, ਉਹਦੇ 'ਚ ਮੈਂ ਇੱਕ ਸ਼ਿਕਾਰੀ ਦਾ ਤਜ਼ਕਰਾ ਪੜ੍ਹਿਆ, ਪੰਦੇ ਤਾਰੀਖ, ਤਾਰੀਖ ਦੀਆਂ ਕਹਾਣੀਆਂ ਅਤੇ ਤਾਰੀਖ ਦੇ ਕਿੱਸੇ। ਉਹਦੇ 70 ਹਾਈ ਜੋ ਇੱਕ ਸ਼ਿਕਾਰੀ ਨਾ ਹਰਨੀ ਦਾ ਸ਼ਿਕਾਰ ਕੀਤਾ, ਹਰਨੀ ਦਾ ਮਾਦਾ ਦਾ, ਉਹਨੂੰ ਜ਼ਬਾ ਕੀਤਾ, ਉਹਦਾ ਪੇਟ ਚਾਕ ਕੀਤਾ, ਉਹਦੀਆਂ ਅੰਥਣੀਆਂ ਚਾ ਕੇ ਨਾ ਦਰਖਤ ਤੇ ਸੱਟ ਦਿੱਤੀ। ਸੁਬਹ ਉਸੇ ਸਹਿਰਾ 'ਚ ਉਸ ਇੱਕ ਬੱਕ ਦਾ ਸ਼ਿਕਾਰ ਕੀਤਾ, ਹਰਨ ਦਾ ਬੱਚਾ। ਉਹਨ ਲੈ ਉੱਥੇ ਆਇਆ ਜਿੱਥੇ ਪਹਿਲੇ ਦੇ ਹਰਨੀ ਦੀਆਂ ਅੰਥਣੀਆਂ ਸੱਟੀਆਂ ਸੀ, ਉਹ ਜ਼ਬਾ ਕਰਨ ਲੱਗੇ, ਉਹ ਕੱਲ੍ਹ ਦੀਆਂ ਸੱਟੀ ਹੋਈ ਅੰਥਣੀਆਂ ਦਰਖਤ ਛੋੜ ਕੇ ਨਾ ਸ਼ਿਕਾਰੀ ਦੇ ਹੱਥਾਂ ਤੇ ਤੇ ਖੰਜਰ ਤੇ ਵਲਟੀ ਮਣ ਲੱਗ, ਸ਼ਿਕਾਰੀ ਖੰਜਰ ਸੱਟ ਛੋੜਿਆ। ਸੈਯਦ ਮੁਜਤਹਿਦ ਕੋਲ ਆ ਕੇ ਬੈਠਾ, ਸੈਯਦ ਆਦਾ ਮੈਨੂੰ ਸਮਝ ਨਹੀਂ ਆਈ, ਕੋਈ ਅਜੀਬ ਮਾਜਰੇ, ਕੱਲ੍ਹ ਮੈਂ ਕਰਨੀ ਸ਼ਿਕਾਰ ਕੀਤੀ ਏ, ਉਹਦੀਆਂ ਅੰਤਣੀਆਂ ਸੱਟੀਆਂ, ਦਿਨ ਗੁਜ਼ਰਿਆ ਰਾਤ ਗੁਜ਼ਰੀ ਏ, ਅੱਜ ਮੈਂ ਅਸਰ ਦੇ ਵੇਲੇ ਉਸੇ ਸਹਿਰਾ 'ਚ ਇੱਕ ਬੱਕ ਸ਼ਿਕਾਰ ਕੀਤਾ ਹੈ, ਅਤੇ ਮੈਂ ਹੁਣ ਲੱਭਾ ਕਰਨ ਲੱਗਾ ਜਿੱਥੇ ਮੈਂ ਪਹਿਲੇ ਦਿਨ ਉਹ ਅੰਤਣੀਆਂ ਰੱਖੀਆਂ, ਪਤਾ ਨਹੀਂ ਕੀ ਆਲਮ ਆਈ, ਉਹ ਅੰਤਣੀਆਂ ਮੇਰੇ ਹੱਥਾਂ ਤੇ ਵੀ ਠੀਕ ਗਈਆਂ। ਚਾਚਾ ਜੀ ਸੈਯਦ ਦਾ ਮੱਥਾ ਜ਼ਮੀਨ ਤੇ ਵੰਜ ਲੱਗਾ, ਤੇ ਸ਼ਿਕਾਰੀ ਨਾ ਦੇਣ ਅੱਲਾ ਕੋਲੋਂ ਮਾਫ਼ੀ ਮੰਗ ਲਏ, ਇੰਨੇ ਲੱਗਦਾ ਹੈ ਉਹ ਹਰਨੀ ਇਸ ਪੁੱਤਰ ਦੀ ਮਾਂ ਆਈ। ਦੋਰੀ ਵਾਲਿਆ ਮੇਰਾ ਭਲਾ ਹੋਈ ਮਿਜ਼ਾਜ ਬਣਾ, ਮੈਂ ਇੱਕ ਬੈਣ ਕਰ ਜਾਵਾਂ, ਮਜਲਸੀ ਹੈ ਜਿਹੜੀ ਹੋ ਗਈ, ਉਹ ਜਿਹੜੀ ਕੱਲ੍ਹ ਤੂੰ ਹਰਨੀ ਕੁੱਠੀ ਆਈ, ਉਹ ਇਸ ਬੱਚੇ ਦੀ ਮਾਂ ਆਈ, ਉਹ 14ਵੀਂ ਸਦੀ ਦਾ ਮੁਸਲਮਾਨ, ਕੱਲ੍ਹ ਦੀਆਂ ਸੱਟਣੀ ਹੋਈਆਂ ਅੰਤਣੀਆਂ ਹਰਨੀ ਦੀਆਂ ਪੁੱਤਰ ਜ਼ਬਾ ਨਹੀਂ ਹੋਣ ਦੇਣੀਆਂ। ਮੈਂ ਹੈਰਾਨ ਹਾਂ ਨਾ ਕਰਬਲਾ ਵਾਲੀਆਂ ਮਾਵਾਂ ਦੇ ਹੌਸਲਿਆਂ ਤੋਂ, ਹੀ ਕੀ ਦਾ ਲਾਂਦਾ ਹਾਂ, ਦੂਜੀ ਤਿਆਰ ਕਰ। ਵਾਹ ਭਾਈ ਵਾਹ ਭਲਾ ਸੈਯਦ ਨਹੀਂ ਬਣਦੀ, ਲੰਬੀ ਮਜਲਸ ਨਹੀਂ ਬਣਦੀ, ਖਤਮ, ਮਜ਼ਮੂਨ ਦਾ ਟਾਈਮ ਨਹੀਂ, ਸੋਹਣਾ ਵਧਾ ਲੜਦਾ ਹੀ। ਇੱਥੇ ਟਿੱਬੇ ਤੇ ਅਬਾਸ ਖੜੇ, ਐ ਕਾਸਮ ਹਮਲਾ ਪਿਆ ਕਰਦੇ, ਸੈਯਦ ਜੇ ਹਮਲਾ ਕਰਦੇ ਨਾ, ਤੇ ਇੱਥੋਂ ਟਿੱਬੇ ਤੋਂ ਆਵਾਜ਼ ਆਉਂਦੀ, ਆ ਫਰੀ ਨਹੀਂ ਮੇਰੇ ਸਰਦਾਰ ਦਾ ਬਚੜਾ, ਜੇ ਕਾਸਮ ਹਮਲਾ ਕਰਦਾ ਗਾਜ਼ੀਆ ਦੇ, ਆਫਰੀ ਨਹੀਂ ਮੇਰੇ ਸਰਦਾਰ ਦਾ ਬਚੜਾ। ਜਦ ਅਰਜ਼ਕ ਦੇ ਪੁੱਤਰ ਮਾਰੇ ਨਾ ਹਸਨ ਦੇ ਪੁੱਤਰ, ਤਰਾਏ ਦੇ ਦੇ ਭੁੱਖੇ ਤੇ ਤਰਾਏ ਦੇ ਦੇ ਤੱਸੇ, ਇਸ ਕਮੀ ਨੇ ਆਪ ਗੁਰਜ਼ ਚਾਹੇ, ਜਿਵੇਂ ਬੈਠਾ ਹੀ ਟਿੱਬੇ ਤੇ ਬਣੀ ਹਾਸ਼ਮੀ ਪੂਰ ਦਾ ਮਜਬੂਰ ਉਸਤਾਦ, ਉੱਥੇ ਆਇਆ ਜਿੱਥੇ ਸ਼ਬੀਰ ਬੈਠਾ ਈ, ਜੁੱਤੀ ਤੇ ਹੱਥ ਲਾ ਕੇ ਆਦਾ, ਉਹ ਮੇਰਾ ਤਰਾਏ ਦੇ ਦਾ ਤੱਸੇ, ਉਹ ਮੇਰਾ ਤੇ ਵਾਹ ਭਾਈ ਵਾਹ ਭਲਾ ਹੋਈ ਮੇਰਾ ਕਾਸਮ ਤਰਾਏ ਦੇ ਦਾ ਭੁੱਖ ਹੈ, ਭਲਾ ਹੋਈ
ਬੱਲਾ ਸ਼ਾਮੀਆਂ ਰੂਮੀਆਂ ਮਸ਼ਵਰਾ ਕੀਤਾ, ਹਸਨ ਦਾ ਪੁੱਤਰ ਹੈ ਅਬਾਸ ਦਾ ਸ਼ਗਿਰਦ, ਇੰਜ ਨਹੀਂ ਲਾਂਦਾ, ਚਗਿਰਦੂ ਹਮਲਾ ਕਰੋ। ਇਹਨਾਂ ਚਗਿਰਦੂ ਹਮਲਾ ਕੀਤਾ ਤੇ ਕਾਸਮ ਨੂੰ ਨਾ ਕਮੀ ਨੇ ਸੂਝ ਪਰੋਏ ਜ਼ੀਨ ਤੂੰ ਚਾਹੇ। ਮੈਂ ਪਿਆਦਾ ਯਤੀਮ ਨਵਾਬ, ਯਤੀਮ ਸਮਝ ਕੇ ਲਾਂਦੀ ਜਾ ਤੇ ਚਾਚੇ ਨੂੰ ਆਦਾ ਪਿਆ, ਹੁਣ ਲਾ ਯਤੀਮ ਤੇ ਆਵਾਜ਼ ਹੈ ਵਾਸਤਾ ਅਕਬਰ ਅਸਗਰ ਦਾ, ਮੇਰੀ ਤਾਂ ਨਾ ਕਾ ਭਲਾ ਹੋਵੇ। ਅਗਲੀ ਸਦਾ ਮੇਰੇ ਫਸ ਗਏ ਪੈਰ ਰੱਗਾ ਬਾਵੇ ਚਵਾ, ਮੈਂ ਕੁਸੀਨ ਤੂੰ ਆੜ ਲਾ। ਹੱਥ ਪਕੜੋ ਭਾਈ, ਹੱਥ ਪਕੜੋ ਜਵਾਨ ਦਾ, ਹੁਸੈਨ ਦਾ ਨਾਂ ਹੈ, ਹੱਥ ਪਕੜੋ, ਹੱਥ ਪਕੜੋ। ਜੀ ਕਰਾ ਜੀ ਸਯਾਦ, ਚੁੱਕਦਾ ਪਿਆਰੀ ਤੂੰ ਤੇ ਚਾਚੇ ਨਾਲ ਗੱਲ ਕਰੀ ਯਤੀਮ ਨਵਾਜ਼, ਯਤੀਮ ਸਮਝ ਗਏ ਹੁਣ ਲਾਸ਼ ਯਤੀਮ ਤੇ ਆਵਾਜ਼ ਓਹੀ ਵਾਸਤਾ ਅਕਬਰ ਅਸਗਰ ਦਾ, ਮੇਰੇ ਦਾਤੋਲਾ ਨਾ ਕਾ ਹੋਵੀ ਭੱਲਾ ਹੋਵੀ ਭਾਈ। ਹੱਥ ਨਾ ਜੋੜ, ਹੱਥ ਨਾ ਜੋੜ। ਕਿਸ਼ਵਰ ਸ਼ਾਹ ਹੌਸਲਾ ਹੌਸਲਾ ਜੀ, ਮੈਂ ਕਰ ਜੀ ਕਰਾ ਚਾਚੇ ਨਾਲ ਗੱਲ ਕਿਹੜੀ ਕਰੇ, ਯਤੀਮ ਨਵਾਜ਼, ਯਤੀਮ ਸਮਝ ਕੇ ਹੁਣ ਲਾਸ਼ ਯਤੀਮ ਤੇ ਆਵਾਜ਼ ਓਹੀ ਵਾਸਤਾ ਅਕਬਰ ਅਸਗਰ ਦਾ। ਵਾਹ ਭਾਈ ਵਾਹ, ਵਾਹ ਭਾਈ ਵਾਹ। ਪੁਰਸਾ ਕਬੂਲ ਹੋਵੇ ਇੱਕ ਮੈਂ ਹੋਰ ਕਰ ਜਾਵਾਂ। ਜੀ ਕਰਾ ਜੀ ਕਰਾ, ਸੋਹਣਾ ਬੜਾ ਲੜਦਾ ਏ, ਮੈਂ ਬਿਸਮਿਲਾ ਕਰਾ ਕਿਸ਼ਵਰ ਸ਼ਾਹ, ਸੋਹਣਾ ਬੜਾ ਲੜਦਾ ਆ ਹਸਨ ਦਾ ਪੁੱਤਰ, ਜਿਵੇਂ ਜੋ ਕਮੀਨੇ ਸੂਝ ਪਰ ਹੋਏ ਲਾਂਦੀ ਜਾਤ ਕਾਸਮ ਗੱਲ ਕਿਹੜੀ, ਯਤੀਮ ਨਵਾਜ਼, ਯਤੀਮ ਸਮਝ ਕੇ ਹੁਣ ਲਾਸ਼ ਯਤੀਮ ਤੇ ਆਵਾਜ਼ ਓਹੀ ਵਾਸਤਾ ਅਕਬਰ ਅਸਗਰ ਦਾ, ਮੇਰੇ ਮਾਰਨਾ ਮਕਸਦ ਨਹੀਂ, ਮਾਰਨਾ ਮਕਸਦ ਨਹੀਂ, ਮਜਲਸ ਮਕਸਦ ਹੈ ਬਾਨੀ ਦੀ ਮਿਹਨਤ ਕਬੂਲ ਹੋਵੇ। ਜ਼ੀਨ ਤੋਂ ਝੁਕਦਾ ਪਿਆ ਹਸਨ ਦਾ ਯਤੀਮ, ਖੈਮੇ ਲੋ ਵੇਖ ਕੇ ਚਾਚੇ ਨਾਲ ਗੱਲ ਕਿਹੜੀ, ਮੇਰੇ ਫਸ ਗਏ ਪੈਰ ਰੱਗਾ ਬਾਵੇ ਚਵਾ, ਮੈਨੂੰ ਜ਼ੀਨ ਤੂੰ ਐੜ ਲਹਾਵਾਂ ਉਹ ਮੇਰਾ ਕੋਈ ਨਹੀਂ ਵਾਰਸ ਬਾਜ ਤੜੇ ਮੈਡੀ ਮਾਰਨ ਮਕਸਦ ਨਹੀਂ ਸੀ, ਕਰ ਮਕਸਦ ਹੈ ਅਕਬਰ ਦੇ ਮਾਤਮੀ ਜੀਵਨ ਸ਼ਾਹ ਜੀ ਡੇਢ ਮੇਠ ਮੈਨੂੰ ਹੋਰ ਦੇਵਣਾ ਕੋਈ ਟੁਕੜਾ ਕੀ ਥਾਈ। ਜੀ ਕਰਾ ਜੀ ਕਰਾ, ਲਾਂਦੀ ਜਾ ਤੇ ਗੱਲ ਕਿਹੜੀ ਕਰੇ, ਯਤੀਮ ਨਵਾਜ਼, ਯਤੀਮ ਸਮਝ ਕੇ ਹੁਣ ਲਾਸ਼ ਯਤੀਮ ਤੇ ਆਵਾਜ਼ ਓਹੀ ਵਾਸਤਾ ਅਕਬਰ ਅਸਗਰ ਦਾ, ਮੇਰੇ ਦਾਤੋਲਾ ਨਾ ਕਾ ਹੁਸੈਨ। ਕਰਬਲਾ ਦੇ ਮੈਦਾਨ ਚ ਆਏ ਕੋਈ ਟੁਕੜਾ ਕਿਥਾਂ, ਕੋਈ ਕਿਥਾਂ, ਇੰਜ ਕਰਕੇ ਲਾਸ਼ ਆਈ ਖੈਮੇ ਦੇ ਬੂਹੇ ਤੇ ਆਏ। ਮਾਂ ਕਾਸਮ ਦੀ ਆਦੀ ਏ ਕਾਸਮ ਦਫਨ ਕਰ ਆਏ, ਸ਼ਬੀਰ ਕਦਮ ਪਿੱਛਾ ਚਾਏ ਬੀਬੀ ਆਦੀ ਮੇਰਾ ਪੁੱਤਰ ਦਫਨ ਕਰ ਆਏ, ਸ਼ਬੀਰ ਕਦਮ ਪਿੱਛਾ ਚਾਏ ਜਦਾ ਤ੍ਰੀਜੀ ਵਾਰੀ ਮਾਂ ਆਖੇ ਦਫਨ ਕਰ ਆਏ, ਮਿੱਟੀ ਤੇ ਬਹਿ ਕੇ ਸ਼ਬੀਰ ਗੱਲ ਕਿਹੜੀ ਕਰੇ, ਦਫਨ ਦੇ ਕਾਬਲ ਲਾਸ਼ ਹੋਣੀ ਆਦਾ ਬਨ ਵਿੱਚ ਮੈਂ ਦਫਨਾਏ ਉਹ ਮੈਨੂੰ ਕੋਈ ਹਿੱਸਾ ਨਹੀਂ ਸਾਲਮ ਮਿਲਿਆ ਬਹੁ ਫਿਰਿਆ ਵਿੱਚ ਸਾ। ਭਲਾ ਹੋ ਜੀ ਜੀ ਕਰਾ ਜੀ ਕਰਾ ਜੀ ਕਰਾ ਜੀ ਕਰਾ।
ਆਓ ਸਿਰੇ ਤਗਾਨੇ ਉਹ ਜਿਹੜੇ ਕਰਬਲਾ ਘੋੜਿਆਂ ਦੇ ਸੁਮਾ ਚ ਰੁਲ ਗਏ। ਮੈਂ ਬਿਸਮਿਲਾ ਕਰਾਂ, ਸ਼ਬੀਰ ਗੱਲ ਕਿਹੜੀ ਕਰਦਾ ਹੈ? ਦਫਨ ਦੇ ਕਾਬਲ ਲਾਸ਼ਾਂ ਦੀ ਆਨਾ ਬਨ ਵਿੱਚ ਮੈਂ ਦਫਨਾਏ, ਉਹ ਮੈਨੂੰ ਕੋਈ ਸਾ ਨਹੀਂ ਸਾਲਮ ਮਿਲਿਆ। ਜਿਹੜਾ ਕਰਬਲਾ ਘੋੜਿਆਂ ਦੇ ਅਸੂਮਾ ਥੱਲੇ, ਮੈਂ ਬਿਸਮੱਲਾ ਹੋਵੀ ਭੱਲਾ ਹੋਵੀ ਆ, ਸਾਰੀਆਂ ਬੀਬੀਆਂ ਆਈਆਂ ਜਨਾਬ ਕਾਸਮ ਦੀ ਲਾਸ਼ ਬਹਿਣ ਜੀ ਕਰਾ। ਪਹਿਲਾ ਬਹਿਣ ਆਖਾ ਘੋੜੇ ਤੋਂ ਲਾਂਦਾ ਪਿਆ ਤੇ ਗੱਲ ਕਿਹੜੀ? ਯਤੀਮ ਨਵਾਸ ਯਤੀਮ ਸਮਝ ਕੇ ਹੁਣ ਲਾਸ਼ ਯਤੀਮ ਤੇ ਆਵਾਜ ਉਹੀ ਵਾਸ ਕਬਰ ਅਜਗਰਦਾ ਮੈਂ ਬਜ਼ੁਰਗਾਂ ਦਾ ਪੜੇ ਹੋਇਆ ਆਈਏ ਸੌਜਾ ਬਾਰਸ ਦੀ ਲਾਸ਼ ਤੇ ਹਕਲਾ ਮਾਰ ਕੇ ਆਦੀਏ ਮੈਂ ਆਈ ਅਵਸਰੇ ਅਵਾਲਾ, ਮੈਂ ਆਈ ਅਵਸਰੇ ਅਵਾਲਾ, ਮੈਂ ਕਾਸਮ ਮਾਮਤ ਵਾਲਾ, ਮੈਂ ਕਾਸਮ ਮਾਮਤ ਵਾਲਾ, ਕੋਈ ਦੱਸੇ ਅਰਡੇ ਪਦਚਾਲਾ, ਕੋਈ ਦੱਸੇ ਅਰਡੇ ਪਦਚਾਲਾ, ਕਿਵੇਂ ਗੋਡੇ ਵਿੱਚ ਖਾਕ ਉਚਾਰੂ ਨਹੀਂ ਆਈ ਹੁਸੈਨ ਦੀ ਧੀ ਅਕਲ ਮਾਰ ਕਿਆ ਦੀਏ ਮੈਂ ਫਖਰ ਕਰਾ ਵਿੱਚ ਸਈਆ, ਮੈਂ ਸਫਰ ਕਰਾ ਵਿੱਚ ਸਈਆ, ਮੈਨੂੰ ਚਾਚੇ ਦੀ ਥਈਆ, ਮੈਨੂੰ ਚਾਚੇ ਦੀ ਥਈਆ, ਮੇਰੇ ਦਿਲ ਦੀਆਂ ਦਿਲ ਵਿੱਚ ਰਹੀਆ, ਮੇਰੇ ਦਿਲ ਦੀਆਂ ਦਿਲ ਵਿੱਚ ਰਹੀਆ, ਮੇਰਾ ਡਾਡਾ ਹੋਇਆ ਪਰਨਾ ਹੋਇਆ ਵਿੱਚ ਪਰਨੇ ਦੇ ਮਰਨਾ। ਮਿਠਾਈ ਛੋੜਾ ਮਿੰਬਰ ਇਹੋ ਜੀ ਗੱਲ ਕੀਤੀ ਏ ਕਰਬਲਾ ਹਲ ਗਈ ਆ, ਸ਼ਾਹ ਜੀ ਅੱਜ ਵਾਰਸ ਦੀ ਲਾਸ਼ ਹਾਂ ਨਾਲ ਲਾਈਏ ਹਕਲਾ ਮਾਰ ਕੇ ਆਦੀਏ ਮੇਰੇ ਮਾਂ ਪਿਓ ਸੋ ਪਿਆ ਥੈ ਕੋ, ਮੇਰੇ ਮਾਂ ਪਿਓ ਸੋ ਪਿਆ ਥੈ ਕੋ, ਦੱਸ ਤੈ ਹੁਣ ਸੋ ਪਿਆ ਖੈ ਕੋ, ਦੱਸ ਤੈ ਹੁਣ ਸੋ ਪਿਆ ਖੈ ਕੋ, ਕੋਈ ਦੱਸੇ ਕਿਨਾਰਾ ਮੈਂ ਕੋ, ਕੋਈ ਦੱਸੇ ਕਿਨਾਰਾ ਮੈਂ ਕੋ, ਹੁਣ ਲਾਸ਼ ਤੇਰੀ ਤੇ ਰੋਵਾਂ ਮੈਂ ਯਾ ਸ਼ਾਮ ਦੇ ਕਹਿ ਦੇ ਮਾਤਮੇ ਹੁਸੈਨ, ਮਾਤਮੇ ਹੁਸੈਨ।